ਬੰਦੇ ਦੇ ਸਰੀਰ ਦੇ ਵਿੱਚ ਢਿੱਡ ਹੈ ਜੀ In the body of a human person, there's a stomach. ਜਦੋਂ ਰੋਟੀ ਖਾਂਦੇ ਆ When we eat food, ਪਰੌਂਠੇ ਖਾਂਦੇ ਆ When we eat parathe, ਉਹ ਆਪਣੇ ਪੇਟ ਚਲੇ ਜਾਂਦੇ ਨੇ They go into our stomach. ਫਿਰ ਪਲੇਟ ਆਪਣਾ ਪੇਟ ਹੈਗਾ ਆ Then our stomach. ਪਲੇਟ ਖਾਲੀ ਕਰ ਦਿੰਦਾ And that plate is empty. We eat it all. ਪੇਟ ਦੇ ਵਿੱਚ ਖਾਣਾ ਚਲੇ ਜਾਂਦਾ We eat it. ਫਿਰ ਖਾਣਾ ਜਿਹੜਾ ਆਏਗਾ ਪੇਟ ਉਹਨੂੰ ਡਾਈਜੈਸਟ ਕਰਦਾ ਹੈ And then our stomach works hard and digest all that food. ਸੋ ਉਹ ਖਾਣਾ ਸਾਰਾ ਸਰੀਰ ਚ ਭੇਜਿਆ ਜਾਂਦਾ ਹੈ And that all that food is gone to our body. ਬਿਲਕੁਲ ਉਸੇ ਤਰ੍ਹਾਂ ਪਰਮੇਸ਼ਰ ਨੇ ਬੰਦੇ ਦੇ ਵਿੱਚ ਬੰਦੇ ਦੀ ਰੂਹ ਪਾਈ ਹੈ The same way the Lord has put our soul into our spirit into our us in ਜੇ ਆਪਣਾ ਪਰਮੇਸ਼ਰ ਦਾ ਵਚਨ ਆਪਣੀ ਰੂਹ ਚ ਉਤਰ ਜਾਵੇ If the word of God comes into our spirit ਤੇ ਆਪਣੀ ਰੂਹ ਜਿਹੜੀ ਆ ਇਸ ਵਚਨ ਨੂੰ ਡਾਈਜੈਸਟ ਕਰ ਲਵੇ And our spirit can digest that word of God ਆਪਣੀ ਰੂਹ ਜਿਹੜੀ ਹੈਗੀ ਆ ਸਾਰੇ ਇਨਸਾਨ ਨੂੰ ਬੰਦੇ ਨੂੰ ਐਸੀ ਖੁਰਾਕ ਦੇਵੇਗੀ ਕਿ ਬੰਦਾ ਛਾਲ ਮਾਰ ਕੇ ਖੜਾ ਹੋ ਸਕਦਾ ਹੈ And that food that spirit will give us such a strength that no matter what's going on with you you can stand and that such a strength you will gain Hallelujah Hallelujah ਐਸੀ ਬਰਕਤ ਮਿਲ ਸਕਦੀ ਆ You will receive such a blessing. ਜਿਹਦੇ ਨਾਲ ਤੁਹਾਨੂੰ ਇੱਕਦਮ ਨਜਾਤ ਮਿਲ ਸਕਦੀ ਹੈ And you can quickly receive healing. ਇੱਕਦਮ ਤੁਹਾਨੂੰ salvation ਮਿਲ ਸਕਦੀ ਹੈ You can receive salvation like that. ਇੱਕਦਮ ਤੁਸੀਂ ਆਜ਼ਾਦ ਹੋ ਸਕਦੇ ਹੋ You can be free like this. ਤੁਸੀਂ ਕਹੋਗੇ ਇਹ ਕਿਦਾਂ ਹੋ ਸਕਦਾ ਹੈ You can say how can that happen? ਉਹ ਡਾਕਟਰ ਤੁਹਾਨੂੰ ਇੰਜੈਕਸ਼ਨ ਵੀ ਲਾਉਂਦੇ ਕਈ ਵਾਰ Doctor sometimes give an injection. ਇੰਜੈਕਸ਼ਨ ਗਿਆ ਨਹੀਂ ਅੰਦਰ When the injection goes 2 ਮਿੰਟ ਦੇ ਵਿੱਚ ਤੁਹਾਡਾ pain ਦੂਰ Within 2 minutes all your pain can be gone. ਜੇ ਕਿ ਇੰਜੈਕਸ਼ਨ ਦੇ ਨਾਲ ਪੇਨ ਆ ਜਾ ਸਕਦੀ ਆ ਇਫ ਵੀ ਦੈਟ ਇੰਜੈਕਸ਼ਨ ਦ ਪੇਨ ਕੈਨ ਡਿਸਅਪੀਅਰ ਸਿਰਫ ਇੱਕ ਲਿਕੁਇਡ ਦੇ ਨਾਲ ਦੈਟਸ ਵਨ ਲਿਕੁਇਡ ਜੇ ਕੈਮੀਕਲ ਆ ਦੈਟਸ ਅ ਕੈਮੀਕਲ ਤੁਸੀਂ ਆਪੇ ਸੋਚੋ ਰੱਬ ਦੀ ਰੂਹ ਵਿੱਚ ਕਿੰਨੀ ਵੱਡੀ ਬਰਕਤ ਆ ਜਸਟ ਥਿੰਕ ਅਬਾਊਟ ਇਟ ਸੱਚ ਅ ਬਲੇਸਿੰਗ ਯਰ ਰੇਸ ਇਨ ਦ ਸਪਿਰਿਟ ਆਫ ਲੋਰਡ ਜੀਸਸ ਜੇ ਆਪਣੀ ਰੂਹ ਦੇ ਵਿੱਚ ਆਪਣੇ ਖੁਰਾਕ ਉਤਰ ਜਾਵੇ ਪਰਮੇਸ਼ਰ ਦੀ ਇਫ ਦੈਟ ਆਰ ਬੋਡੀ ਰਿਸੀਵਸ ਦੈਟ ਵਰਡ ਇਨ ਆਰ ਬੋਡੀ ਆਪਣੀ ਰੂਹ ਜਿਹੜੀ ਹੈਗੀ ਆ ਉਹ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਸਾਨੂੰ ਐਸੀ ਬਰਕਤ ਦੇ ਸਕਦੀ ਆ ਕਿ ਆਪਣੇ ਬਿਮਾਰੀਆਂ ਟੁੱਟ ਸਕਦੀਆਂ ਨੇ ਆਪਾਂ ਨੂੰ ਚਮਤਕਾਰ ਮਿਲ ਸਕਦੇ ਨੇ ਆਪਣੇ ਸਵਰਗ ਖੁੱਲ ਸਕਦਾ ਆ ਐਂਡ ਵਾਂਸ ਵੀ ਵਿਲ ਰਿਸੀਵ ਦੈਟ ਸਪਿਰਿਟ ਇਨ ਅਸ ਬਿਗ ਥਿੰਗਸ ਕੈਨ ਹੈਪਨ ਵੀ ਕੈਨ ਬੀ ਹੀਲਡ ਐਂਡ ਦ ਹੈਵਨਸ ਕੈਨ ਓਪਨ ਫॉर ਅਸ ਐਂਡ ਮਿਰੇਕਲਸ ਵੀ ਕੈਨ ਰਿਸੀਵ ਮੇਰੀ ਦੁਆ ਹੋਏਗੀ ਕਿ ਇਹਨਾਂ ਹਫਤਿਆਂ ਦੇ ਵਿੱਚ ਪਰਮੇਸ਼ਰ ਦੀ ਰੂਹ ਤੁਹਾਨੂੰ ਐਸੀ ਬਰਕਤ ਦੇਵੇ ਤੁਸੀਂ ਖੜ ਸਕੋ ਐਂਡ ਦਿਸ ਇਜ਼ ਮਾਈ ਪ੍ਰੇਅਰ ਟੂਡੇ ਥੀਸ ਡੇਸ ਟੂ ਕਮ ਦੈਟ ਦ ਸਪਿਰਿਟ ਆਫ ਦ ਲਾਰਡ ਵਿਲ ਗਿਵ ਯੂ ਸੱਚ ਅ ਸਟਰੈਂਥ ਦੈਟ ਯੂ ਵਿਲ ਸਟੈਂਡ ਅਪ ਅਗੇਨ ਹalleluya ਹalleluya 24 ਫੇਰ ਪੜੀ ਇਸ ਵਰਸ ਨੂੰ ਲੈਟਸ ਰੀਡ ਦਿਸ ਵਰਸ ਵਨ ਮੋਰ ਟਾਈਮ ਸੈਕੰਡ ਕਰੋਨਿਕਲ ਚੈਪਟਰ 15 ਵਰਸ 1 ਐਂਡ 2 ਤਦ ਪਰਮੇਸ਼ਵਰ ਦਾ ਆਤਮਾ ਉਦੇਦ ਦੇ ਪੁੱਤਰ ਅਜ਼ਰੀਆ ਨਵੀ ਉੱਤੇ ਉਤਰਿਆ ਅਤੇ ਉਹ ਰਾਜਾ ਆਸਾ ਨੂੰ ਮਿਲਣ ਗਿਆ ਉਸ ਨੇ ਰਾਜਾ ਆਸਾ ਨੂੰ ਕਿਹਾ ਹੇ ਰਾਜਾ ਅਤੇ ਯਹੂਦਾ ਅਤੇ ਬੈਂਜਾਮਿਨ ਦੇ ਲੋਕੋ ਮੇਰੀ ਸੁਣੋ ਪ੍ਰਭੂ ਤੁਹਾਡੇ ਨਾਲ ਰਹੇਗਾ ਜਦੋਂ ਤੱਕ ਤੁਸੀਂ ਉਸ ਦੇ ਨਾਲ ਰਹੋਗੇ ਪ੍ਰਭੂ ਤੁਹਾਡੇ ਨਾਲ ਰਹੇਗਾ ਜਦੋਂ ਤੱਕ ਤੁਸੀਂ ਉਸ ਦੇ ਨਾਲ ਰਹੋਗੇ God will be with you until you stay with him ਇਹ ਵੀ ਸੁਣ ਕੰਟਰਡਿਕਸ਼ਨ ਹੀ ਲੱਗਦੀ ਕੁਛ ਡੋਂਟ ਯੂ ਸੀ ਸਮ ਕੰਟਰਡਿਕਸ਼ਨ ਹੈਪਨਿੰਗ ਇਨ ਦੈਟ ਇਹਦਾ ਮਤਲਬ ਹੈ ਕਿ ਪ੍ਰਭੂ ਤੁਹਾਡੇ ਨਾਲ ਹੋਏਗਾ ਜਦ ਤੱਕ ਤੁਸੀਂ ਪਰਮੇਸ਼ਰ ਦੇ ਨਾਲ ਹੋ ਦੈਟ ਗੋਡ ਵਿਲ ਸਟੇ ਵਿਦ ਯੂ ਓਨਲੀ ਅੰਟਿਲ ਯੂ ਸਟੇ ਵਿਦ ਹਿਮ ਲਿਖਿਆ ਵੀ ਪ੍ਰਭੂ ਤੁਹਾਡੇ ਨਾਲ ਹੋਏਗਾ ਜਦ ਤੱਕ ਤੁਸੀਂ ਪਰਮੇਸ਼ਰ ਦੇ ਨਾਲ ਹੋ ਗੋਡ ਵਿਲ ਬੀ ਵਿਦ ਯੂ ਅੰਟਿਲ ਯੂ ਆਰ ਵਿਦ ਗੋਡ ਇਹਦਾ ਮਤਲਬ ਜੇ ਤੁਸੀਂ ਪਰਮੇਸ਼ਰ ਦੇ ਨਾਲ ਨਹੀਂ ਪਰਮੇਸ਼ਰ ਤੁਹਾਡੇ ਨਾਲ ਨਹੀਂ ਵਾਟ ਡਸ ਦੈਟ ਮੀਨ ਦੈਟ ਇਫ ਯੂ ਆਰ ਨਾਟ ਵਿਦ ਗੋਡ ਦੈਟ ਮੀਨਸ ਗੋਡ ਇਜ਼ ਨਾਟ ਵਿਦ ਯੂ ਇਹ ਤਾਂ ਫਿਰ ਤੁਸੀਂ ਹੋਏ ਇਹ ਤਾਂ ਹੋ ਹੀ ਨਹੀਂ ਸਕਦਾ ਬੀ ਯੂ ਆਰ ਸੇਇੰਗ ਵੈਲ ਦੈਟ ਵੀ ਰੱਬ ਸਾਡੇ ਨਾਲ ਨਾ ਹੋਵੇ ਬਟ ਦੈਟਸ ਨਾਟ ਪੋਸੀਬਲ ਆਈ ਹੋ ਸਕਦਾ ਵੀ ਰੱਬ ਕਿਸੇ ਦੇ ਨਾਲ ਨਾ ਹੋਵੇ ਰੱਬ ਤਾਂ ਸਾਰੇ ਪਾਸੇ ਆ ਇਜ਼ ਇਟ ਪੋਸੀਬਲ ਦੈਟ ਗੋਡ ਇਜ਼ ਨਾਟ ਵਿਦ ਸਮਬਡੀ ਗੋਡ ਇਜ਼ ਵਿਦ ਏਵਰੀਵਨ ਰੱਬ ਤਾਂ ਹਰ ਪਾਸੇ ਆ ਗੋਡ ਇਜ਼ ਏਵਰੀਵੇਅਰ ਰੱਬ ਤਾਂ ਹਰ ਚੀਜ਼ ਵਿੱਚ ਆ ਗੋਡ ਇਜ਼ ਇਨ ਏਵਰੀਥਿੰਗ ਹੈ ਕੋਈ ਜਗ੍ਹਾ ਜਿੱਥੇ ਰੱਬ ਨਾ ਹੋਵੇ ਇਜ਼ ਇਟ ਅ ਪਲੇਸ ਵਰ ਦੇਰ ਇਜ਼ ਨੋ ਗੋਡ ਉਹਨੂੰ ਸਰਬ ਵਿਆਪਕ ਆਖਿਆ ਜਾਂਦਾ ਆ ਹੀ ਇਜ਼ ਕਾਲਡ ਓਮਨੀ ਪ੍ਰੈਜ਼ੈਂਟ ਸ਼ਕਤੀਮਾਨ ਆਖਿਆ ਜਾਂਦਾ ਆ ਹੀ ਇਜ਼ ਕਾਲਡ ਓਮਨੀ ਉਹ ਹਰ ਜਗ੍ਹਾ ਤੇ ਮੌਜੂਦ ਆ ਏਵਰੀਵੇਅਰ ਐਂ ਕਿਦਾਂ ਹੋ ਸਕਦਾ ਹੈ ਰੱਬ ਨਾ ਹੋਵੇ ਕਿਸੇ ਪਾਸੇ ਹਾਊ ਇਜ਼ ਇਟ ਪੋਸੀਬਲ ਦੈਟ ਹੀ ਇਜ਼ ਨਾਟ ਸਮਵੇਅਰ ਫਿਰ ਬਾਈਬਲ ਕਿਦਾਂ ਲਿਖਿਆ ਸੋ ਦਿਸ ਇਜ਼ ਵਾਟ ਇਟ ਸੇਜ਼ ਦੇਖੋ ਸੁਨੇਹਾ ਕੀ ਸੀਗਾ ਲੈਟਸ ਲਿਸਨ ਅਗੇਨ ਵਾਟਸ ਦ ਮੈਸੇਜ ਕੀ ਦ ਕੀ ਆਖਿਆ ਜਾ ਕੇ ਨਬੀ ਨੇ ਵਾਟ ਵਾਸ ਦ ਮੈਸੇਜ ਹਾਂਜੀ ਭੈਣ ਪੜੋ ਬਾਰਾ ਫਿਰ ਇਹ ਵਰਸ ਪਰਸਨ ਉਸ ਨੇ ਰਾਜਾ ਆਸਾ ਨੂੰ ਕਿਹਾ ਹੇ ਰਾਜਾ ਅਤੇ ਯਹੂਦਾ ਅਤੇ ਬੈਂਜਾਮਿਨ ਦੇ ਲੋਕੋ ਮੇਰੀ ਸੁਣੋ ਪ੍ਰਭੂ ਤੁਹਾਡੇ ਨਾਲ ਰਹੇਗਾ
ਜਦੋਂ ਤੱਕ ਤੁਸੀਂ ਉਸ ਦੇ ਨਾਲ ਰਹੋਗੇ ਹਾਂ ਦੇਖ ਲਓ ਪ੍ਰਭੂ ਤੁਹਾਡੇ ਨਾਲ ਰਹੇਗਾ ਜਦੋਂ ਤੱਕ ਤੁਸੀਂ ਉਹਦੇ ਨਾਲ ਰਹੋਗੇ ਦੈਟਸ ਵਾਟ ਇਟ ਸੇਜ਼ ਦ ਲਾਰਡ ਵਿਲ ਸਟੇ ਵਿਦ ਯੂ ਐਸ ਲੌਂਗ ਐਸ ਯੂ ਸਟੇ ਵਿਦ ਹਿਮ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਹਾਊ ਇਜ਼ ਦਿਸ ਪੋਸੀਬਲ ਜਿਸ ਜਿਸ ਇਨਸਾਨ ਨੂੰ ਪਤਾ ਨਹੀਂਗਾ ਪਰਮੇਸ਼ਰ ਦੀ ਗਹਿਰਾਈ ਦਾ ਪਰਮੇਸ਼ਰ ਦੇ ਵਚਨਾਂ ਦਾ ਉਹ ਸੋਚੇਗਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਪਰਮੇਸ਼ਰ ਕਿਸੇ ਦੇ ਨਾਲ ਨਾਲ ਕੋਈ ਦੂਸਰੇ ਸਾਰੇ ਪਾਸੇ ਐਂਡ ਸਮਬਡੀ ਡਸਨਟ ਨੋ ਦ ਡੈਪਥ ਆਫ ਦ ਵਰਡ ਆਫ ਗੋਡ ਹੀ ਵਿਲ ਸੇ ਵੈਲ ਦਿਸ ਇਜ਼ ਨਾਟ ਪੋਸੀਬਲ ਬਿਕਾਜ਼ ਗੋਡ ਇਜ਼ ਐਵਰੀਵੇਅਰ ਦੈਟਸ ਵਾਟ ਵੀ ਲੇਕਿਨ ਪ੍ਰਭੂ ਤੇ ਪੈਣੋ ਇੱਥੇ ਪਰਮੇਸ਼ਰ ਦੇ ਓਮਨੀ ਪ੍ਰੈਜ਼ੈਂਸ ਦੀ ਗੱਲ ਨਹੀਂ ਹੋ ਰਹੀ ਐਂਡ ਹੇਅਰ ਦੇ ਆਰ ਵੀ ਆਰ ਨਾਟ ਟਾਕਿੰਗ ਅਬਾਊਟ ਹਿਮ ਬੀਇੰਗ ਓਮਨੀ ਪ੍ਰੈਜ਼ੈਂਟ ਇੱਥੇ ਆ ਗੱਲ ਨਹੀਂ ਹੋ ਰਹੀ ਕਿ ਪਰਮੇਸ਼ਰ ਤੁਹਾਡੇ ਨਾਲ ਹੈ ਜਾਂ ਪਰਮੇਸ਼ਰ ਤੁਹਾਡੇ ਨਾਲ ਨਹੀਂ ਇੱਥੇ ਪਰਮੇਸ਼ਰ ਦੀ ਓਮਨੀ ਪ੍ਰੈਜ਼ੈਂਟ ਦੀ ਗੱਲ ਨਹੀਂ ਹੋ ਰਹੀ ਇੱਥੇ ਪਰਮੇਸ਼ਰ ਦੀ ਮੈਨੀਫੈਸਟੇਸ਼ਨ ਦੀ ਗੱਲ ਹੋ ਰਹੀ ਹੈ ਓਕੇ ਸੋ ਦਿਸ ਪਲੇਸ ਹੇਅਰ ਵੀ ਨੀਡ ਟੂ ਨੋ ਦੈਟ ਦੇ ਆਰ ਨਾਟ ਟਾਕਿੰਗ ਅਬਾਊਟ ਦੈਟ ਗੋਡ ਇਜ਼ ਐਵਰੀਵੇਅਰ ਨੋ ਹੀ ਇਜ਼ ਟਾਕ ਦੇ ਆਰ ਟਾਕਿੰਗ ਅਬਾਊਟ ਹਿਸ ਮੈਨੀਫੈਸਟੇਸ਼ਨ ਜਾਨੀ ਕਿ ਚਾਨਣ ਤਾਂ ਸਾਰੇ ਪਾਸੇ ਆ ਦੈਟ ਮੀਨਸ ਲਾਈਟ ਇਜ਼ ਐਵਰੀਵੇਅਰ ਲੇਕਿਨ ਸੂਰਜ ਸਿਰਫ ਇੱਕ ਪਾਸੇ ਹੀ ਹੈ ਬਟ ਦ ਸਨ ਇਜ਼ ਜਸਟ ਦੇਅਰ ਐਟ ਵਨ ਇੱਥੇ ਚਾਨਣ ਦੀ ਗੱਲ ਨਹੀਂ ਹੋ ਰਹੀ ਵੀ ਆਰ ਨਾਟ ਟਾਕਿੰਗ ਅਬਾਊਟ ਦ ਲਾਈਟ ਇੱਥੇ ਸੂਰਜ ਦੀ ਗੱਲ ਹੋ ਰਹੀ ਵੀ ਆਰ ਟਾਕਿੰਗ ਅਬਾਊਟ ਦ ਸੋਰਸ ਦ ਸਨ ਹਿਮਸੈਲਫ ਤੁਸੀਂ ਕਈ ਵਾਰ ਮਹਿਸੂਸ ਕੀਤਾ ਹੋਵੇਗਾ ਯੂ ਸਮਟਾਈਮਸ ਫੈਲਟ ਕਿ ਕਈ ਵਾਰ ਪ੍ਰਭੂ ਦੀ ਹਜ਼ੂਰੀ ਮਹਿਸੂਸ ਕਰਦੇ ਹੋ ਤੁਸੀਂ ਯੂ ਸਮਟਾਈਮਸ ਫੀਲ ਦ ਪ੍ਰੈਜ਼ੈਂਸ ਆਫ ਦ ਲਾਰਡ ਕਰਦੇ ਹੋ ਨਾ ਤੁਸੀਂ ਪ੍ਰਭੂ ਕਿੰਨੇ ਜਣੇ ਮਹਿਸੂਸ ਕਰਦੇ ਨੇ ਪ੍ਰਭੂ ਦੀ ਹਜ਼ੂਰੀ ਕੈਨ ਫੀਲ ਦ ਪ੍ਰੈਜ਼ੈਂਸ ਆਫ ਦ ਲਾਰਡ ਲੇਕਿਨ ਹਮੇਸ਼ਾ ਤੁਸੀਂ ਪ੍ਰਭੂ ਦੀ ਹਜ਼ੂਰੀ ਮਹਿਸੂਸ ਨਹੀਂ ਕਰਦੇ ਬਟ ਯੂ ਆਰ ਨਾਟ ਆਲਵੇਸ ਨਾਨ ਸਟਾਪ ਫੀਲਿੰਗ ਦ ਪ੍ਰੈਜ਼ੈਂਸ ਆਫ ਦ ਲਾਰਡ ਕਈ ਜਗ੍ਹਾ ਤੇ ਪਰਮੇਸ਼ਰ ਦੀ ਹਜ਼ੂਰੀ ਮਹਿਸੂਸ ਨਹੀਂ ਹੁੰਦੀ ਸਮ ਪਲੇਸਿਸ ਯੂ ਡੋਨਟ ਫੀਲ ਦ ਪ੍ਰੈਜ਼ੈਂਸ ਆਫ ਦ ਲਾਰਡ ਕਈ ਵਾਰ ਇੱਕਦਮ ਬਹੁਤ ਜ਼ਿਆਦਾ ਮਹਿਸੂਸ ਹੋ ਜਾਂਦੀ ਹੈ ਸਮ ਟਾਈਮ ਆਲ ਆਫ ਅ ਸਡਨ ਯੂ ਫੀਲ ਦ ਪਾਵਰਫੁਲ ਪ੍ਰੈਜ਼ੈਂਸ ਇੱਥੇ ਕੀ ਗੱਲ ਹੋ ਰਹੀ ਆ ਵਾਟਸ ਵਾਟ ਆਰ ਵੀ ਟਾਕਿੰਗ ਇੱਥੇ ਗੱਲ ਹੋ ਰਹੀ ਆ ਕਿ ਪਰਮੇਸ਼ਵਰ ਦੀ ਹਜ਼ੂਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਨਹੀਂ ਹੋਏਗੀ ਜੇ ਤੁਸੀਂ ਉਹਦੇ ਨਾਲ ਨਾ ਹੋ ਐਂਡ ਦਿਸ ਇਜ਼ ਵਾਟ ਦੇ ਆਰ ਟਾਕਿੰਗ ਅਬਾਊਟ ਦ ਪ੍ਰੈਜ਼ੈਂਸ ਆਫ ਦ ਲਾਰਡ ਮੈਨੀਫੈਸਟੇਸ਼ਨ ਆਫ ਹਿਸ ਵੋਂਟ ਬੀ ਵਿਦ ਯੂ ਇਫ ਯੂ ਆਰ ਨਾਟ ਵਿਦ ਹਿਮ ਇਹਦਾ ਮਤਲਬ ਇਹ ਹੋਇਆ ਵੀ ਜਦ ਤੱਕ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਤੁਸੀਂ ਅਕਨੋਲਜ ਨਹੀਂ ਕਰਦੇ ਐਂਡ ਦੈਟ ਮੀਨਸ ਦੈਟ ਅੰਟਿਲ ਯੂ ਅਕਨੋਲਜ ਦ ਪ੍ਰੈਜ਼ੈਂਸ ਆਫ ਦ ਲਾਰਡ ਤਦ ਤੱਕ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੇ ਸਾਹਮਣੇ ਮੈਨੀਫੈਸਟ ਨਹੀਂ ਹੋਈ ਅੰਟਿਲ ਦੈਨ ਦ ਪ੍ਰੈਜ਼ੈਂਸ ਆਫ ਦ ਲਾਰਡ ਵੋਂਟ ਮੈਨੀਫੈਸਟ ਇਨ ਫਰੰਟ ਆਫ ਯੂ ਜੇ ਹੁਣ ਜਿੰਨੇ ਭੈਣ ਭਰਾ ਜੇ ਬੈਠੇ ਹੈਗੇ ਨੇ ਆਲ ਦ ਬ੍ਰਦਰਸ ਐਂਡ ਸਿਸਟਰਸ ਸਿਟਿੰਗ ਹੇਅਰ ਜੇ ਇੱਥੇ ਕੋਈ ਲੀਡਰ ਬੈਠਾ ਹੋਵੇ ਇਫ ਸਮ ਲੀਡਰ ਇਜ਼ ਕਮਿੰਗ ਐਂਡ ਸਿਟਿੰਗ ਹੇਅਰ ਕੋਈ ਬਹੁਤ ਖਾਸ ਇਨਸਾਨ ਬੈਠਾ ਹੋਵੇ ਵੈਰੀ ਸਪੈਸ਼ਲ ਪਰਸਨ ਤੇ ਉਹ ਬੈਠਾ ਤਾਂ ਬੈਠਾ ਰਹਿ ਜਾਏਗਾ ਜੇ ਮੈਂ ਉਹਨੂੰ ਅਕਨੋਲਜ ਨਾ ਕਰਾਂ ਐਂਡ ਦੈਟ ਪਰਸਨ ਵਿਲ ਜਸਟ ਸਿਟ ਥੇਅਰ ਐਂਡ ਜਸਟ ਸਿਟ ਲਾਈਕ ਐਨੀ ਅਦਰ ਇਫ ਆਈ ਡੋਨਟ ਅਕਨੋਲਜ ਦੈਟ ਲੇਕਿਨ ਜੇ ਮੈਂ ਅਕਨੋਲਜ ਕਰਦਾ ਹਾਂ ਬਟ ਇਫ ਆਈ ਅਕਨੋਲਜ ਮੈਂ ਕਹਿੰਦਾ ਵੀ ਪ੍ਰਭੂ ਦੇ ਪੈਰੋਂ ਅੱਜ ਸਾਡੇ ਨਾਲ ਨੇ ਫਲਾਨਾ ਸਿਓ ਤਾੜੀਆਂ ਲਾ ਕੇ ਸਵਾਗਤ ਕਰਦੇ ਆ ਐਂਡ ਆਈ ਸੇ ਵਾਓ ਟੁਡੇ ਵਿਦ ਅਸ ਇਜ਼ ਸੋ ਐਂਡ ਸੋ ਪਰਸਨ ਐਂਡ ਵੀ ਆਲ ਗਾਟ ਅ ਸਟੈਂਡ ਅਪ ਐਂਡ ਕਲੈਪ ਜਦੋਂ ਮੈਂ ਅਕਨੋਲਜ ਕੀਤਾ ਵਾਂਸ ਆਈ ਅਕਨੋਲਜ ਤੁਸੀਂ ਸਾਰਿਆਂ ਨੇ ਵੀ ਅਕਨੋਲਜ ਕਰ ਲਿਆ ਯੂ ਆਲ ਵਿਲ ਅਕਨੋਲਜ ਕਿ ਤਾੜੀਆਂ ਲਾ ਦਿੱਤੀ ਹੈ ਬਿਕੋਜ਼ ਯੂ ਆਲ ਕਲੈਪਿੰਗ ਨਾਓ ਆਪੇ ਹੀ ਉਹ ਖੜਾ ਹੋ ਜਾਊਗਾ ਐਂਡ ਦੈਟ ਪਰਸਨ ਵਿਲ ਸਟੈਂਡ ਅਪ ਖੜਾ ਹੋ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਨੀਫੈਸਟ ਹੋ ਜਾਵੇ ਐਂਡ ਹੀ ਵਿਲ ਸਟੈਂਡ ਅਪ ਐਂਡ ਹੀ ਵਿਲ ਮੈਨੀਫੈਸਟ ਇਨ ਫਰੰਟ ਆਫ ਯੂ ਬਹੁਤ ਕੰਡ ਕੰਡ ਕੇ ਆਇਆ ਹੋਵੇ ਆਪ ਖੇਸ ਖੰਦਰ ਖੇਸ ਦੇ ਨਾਲ ਐਂਡ ਇਟ ਡਸਨਟ ਮੈਟਰ ਮੇਬੀ ਹੀ ਇਜ਼ ਕਵਰਿੰਗ ਹਿਮਸੈਲਫ ਹਿਸ ਫੇਸ ਮੈਨੂੰ ਕੋਈ ਪਛਾਣ ਨਾ ਲਵੇ ਸੋ ਨੋਬਡੀ ਕੈਨ ਰੈਕਗਨਾਈਜ਼ ਮੀ ਵੀ ਚਰਚ ਦੇ ਵਿੱਚ ਕਿਤੇ ਮੈਨੂੰ ਦੇਖ ਨਾ ਲੈਣ ਲੱਗੇ ਫਲਾਨਾ ਮੰਤਰੀ ਆਇਆ ਹੈ ਮੇਬੀ ਸਮਬਡੀ ਵੋਂਟ ਸੀ ਮੀ ਮਾਈ ਫੇਸ ਇਨ ਦ ਚਰਚ ਦੈਟ ਸੋ ਐਂਡ ਸੋ ਐਮਪੀ ਜਦੋਂ ਮੈਂ ਅਕਨੋਲਜ ਕਰਦਾ ਵੈਨ ਆਈ ਅਕਨੋਲਜ ਦੈਟ ਪਰਸਨ ਉੱਥੇ ਉਹਨੇ ਚਾਦਰ ਜੀ ਲਾ ਕੇ ਉਹ ਮਾਰਨੇ ਤੇ ਖੜਾ ਹੋ ਕੇ ਸਾਰਿਆਂ ਨੂੰ ਸਲਾਮ ਕਰਨਾ ਹੈ ਐਂਡ ਦੈਨ ਹੀ ਵਿਲ ਟੇਕ ਆਊਟ ਹਿਸ ਬਲੈਂਕਟ ਐਂਡ ਹੀ ਵਿਲ ਸਟੈਂਡ ਅਪ ਐਂਡ ਹੀ ਵਿਲ ਸੇ ਥੈਂਕ ਯੂ ਬਿਲਕੁਲ ਉਸੇ ਤਰ੍ਹਾਂ ਜਸਟ ਦ ਸੇਮ ਵੇ ਜਦ ਤੱਕ ਤੁਸੀਂ ਉਹਦੀ ਹਜ਼ੂਰੀ ਨੂੰ ਅਕਨੋਲਜ ਨਹੀਂ ਕਰ ਰਹੇ ਜਸਟ ਦ ਸੇਮ ਵੇ ਇਫ ਯੂ ਡੋਨਟ ਅਕਨੋਲਜ ਦ ਪ੍ਰੈਜ਼ੈਂਸ ਆਫ ਦ ਹੋਲੀ ਸਪਿਰਿਟ ਤਦ ਤੱਕ ਉਹਨੇ ਮੈਨੀਫੈਸਟ ਨਹੀਂ ਹੋਣਾ ਅੰਟਿਲ ਦੈਨ ਹੀ ਵਿਲ ਨਾਟ ਮੈਨੀਫੈਸਟ ਹਾਲੇਲੂਇਆ ਹਾਲੇਲੂਇਆ ਉਹਦੀ ਹਜ਼ੂਰੀ ਨੂੰ ਅਕਨੋਲਜ ਕਿਦਾਂ ਕਰ ਰਹੇ ਹਾਂ ਐਂਡ ਹਾਊ ਡੂ ਵੀ ਅਕਨੋਲਜ ਹਿਸ ਜਦੋਂ ਉਹਦੀ ਆਵਾਜ਼ ਨੂੰ ਅਕਨੋਲਜ ਕਰਦੇ ਹਾਂ ਵੈਨ ਵੀ ਅਕਨੋਲਜ ਹਿਸ ਵੌਇਸ ਜੇ ਉਹਦੀ ਆਵਾਜ਼ ਨੂੰ ਅਕਨੋਲਜ ਨਹੀਂ ਕਰਦਾ ਇਫ ਵੀ ਆਰ ਨਾਟ ਅਕਨੋਲਜਿੰਗ ਹਿਸ ਵੌਇਸ ਤੁਸੀਂ ਉਹਨੂੰ ਅਕਨੋਲਜ ਨਹੀਂ ਕਰਦੇ ਦੈਨ ਯੂ ਆਰ ਨਾਟ ਅਕਨੋਲਜਿੰਗ ਜੇ ਉਹਦੇ ਸ਼ਬਦਾਂ ਨੂੰ ਅਕਨੋਲਜ ਨਹੀਂ ਕਰਨਾ ਇਫ ਯੂ ਡੋਨਟ ਅਕਨੋਲਜ ਹਿਸ ਵਰਡਸ ਉਹਦੇ ਸ਼ਬਦਾਂ ਨੂੰ ਮਹੱਤਵਤਾ ਨਹੀਂ ਦੇਣੀ ਯੂ ਆਰ ਨਾਟ ਗਿਵਿੰਗ ਇੰਪੋਰਟੈਂਸ ਟੂ ਹਿਸ ਵਰਡਸ ਉਹਦੀ ਆਵਾਜ਼ ਨੂੰ ਮਹੱਤਵਤਾ ਨਹੀਂ ਦੇਣੀ ਯੂ ਆਰ ਨਾਟ ਗਿਵਿੰਗ ਇੰਪੋਰਟੈਂਸ ਟੂ ਹਿਸ ਵੌਇਸ ਤਾਂ ਉਹਨੂੰ ਅਕਨੋਲਜ ਨਹੀਂ ਕਰਦਾ ਦੈਨ ਵੀ ਆਰ ਨਾਟ ਅਕਨੋਲਜ ਤੇ ਜੇ ਉਹਨੂੰ ਅਕਨੋਲਜ ਨਹੀਂ ਕੀਤਾ ਇਫ ਯੂ ਆਰ ਨਾਟ ਅਕਨੋਲਜਿੰਗ ਹਿਮ ਉਹਨੇ ਮੈਨੀਫੈਸਟ ਨਹੀਂ ਹੋਣਾ He will not manifest. Hallelujah. ਇਹੀ ਕਾਰਨ ਆ ਬਹੁਤ ਸੇ ਭੈਣ ਭਰਾਵਾਂ ਦੀ ਜ਼ਿੰਦਗੀ ਵਿੱਚ ਪ੍ਰਭੂ ਦੀ ਹਜ਼ੂਰੀ ਮੈਨੀਫੈਸਟ ਨਹੀਂ ਹੁੰਦੀ ਐਂਡ ਦੈਟਸ ਦ ਰੀਜ਼ਨ ਲੋਟ ਆਫ ਬ੍ਰਦਰਸ ਐਂਡ ਸਿਸਟਰਸ ਸਮਟਾਈਮਸ ਡੋਨਟ ਹੈਵ ਦੈਟ ਮੈਨੀਫੈਸਟੇਸ਼ਨ ਆਫ ਦ ਹੋਲੀ ਸਪਿਰਿਟ ਇਹੀ ਕਾਰਨ ਆ ਕਿ ਬਹੁਤ ਸਾਰੇ ਥਾਵਾਂ ਦੇ ਵਿੱਚ ਪ੍ਰਭੂ ਦੀ ਹਜ਼ੂਰੀ ਮੈਨੀਫੈਸਟ ਨਹੀਂ ਹੁੰਦੀ ਦੈਟਸ ਦ ਰੀਜ਼ਨ ਐਟ ਲੋਟ ਆਫ ਪਲੇਸਿਸ ਦ ਪ੍ਰੈਜ਼ੈਂਸ ਆਫ ਦ ਲਾਰਡ ਇਜ਼ ਨਾਟ ਮੈਨੀਫੈਸਟਡ ਇਹੀ ਕਾਰਨ ਆ ਬਹੁਤ ਸਾਰੇ ਗਿਰਜਾਂ ਦੇ ਵਿੱਚ ਵੀ ਪ੍ਰਭੂ ਦੀ ਹਜ਼ੂਰੀ ਮੈਨੀਫੈਸਟ ਨਹੀਂ ਹੁੰਦੀ ਦੈਟਸ ਦ ਸੇਮ ਰੀਜ਼ਨ
we have to sing this तुसी song. नहीं, मैं फलाना गीत गाऊं. And you say no, I'm gonna sing different song. प्रभु की हजूरी सानू कहेगी. The presence of the Lord will say. इंज करना है. You have to do this. तुसी कहो ना इंज नहीं करना, इंज करना. You will say no, I'm not going to do this. I'm going to. प्रभु की हजूरी सानू कहेगी. The presence of the Lord will say. फलाने नू आह कहे. And go say so and so. तुसी कहो नहीं, बीस गल्ला करेगा, मैं नहीं कहना. Or you go and say no, if I say that to the person, that person will feel different, so I'm not going to say. प्रभु की हजूरी सानू कहेगी फलाने नू आह दे दे. And the presence of the Lord will say, give this to somebody. नहीं नहीं मैं नहीं देना, फलाना कहूंगा भी आए इतना की देता है. And some person will say, no no, I'm not going to give it. They will say, oh, only so little. That person. जिहड़े परमेश्वर दी पवित्र आत्मा की आवाज नूं सुन के चलदे ने, ओही परमेश्वर दे पुत्र कहलाए जांदे ने. And the ones who listen to his voice and walk on that, they are called the sons and daughters of the Lord. So जिहड़े परमेश्वर दे नाम नाल चलदे ने, the ones who walk with the Lord, ओने जिहड़ी ओही आवाज नूं सुन के चलदे ने, they are the ones who listen to his voice and walk with him. जदों आवाज आंदी आ भी बाइबल खोल लो, बाइबल खोल लेंदे ने. When they listen to his voice and say open the Bible, they open the Bible. जदों आवाज आंदी आ भी प्रे करन वास्ते खड़े जाओ, प्रे कर. When they listen to the voice and you have to pray, then they pray. ਜਦੋਂ ਆਵਾਜ਼ ਆਂਦੀ ਹੈਗੀ ਆ ਵੀ ਹੱਥ ਚੱਕ ਕੇ ਵਰਸ਼ਿਪ ਕਰੋ, ਉਹ ਵਰਸ਼ਿਪ ਕਰਦੇ ਨੇ. When they listen to the voice and say lift up your hands and worship, then they worship. ਲੇਕਿਨ ਜਿਨ੍ਹਾਂ ਨੇ ਪਰਮੇਸ਼ਵਰ ਦੀ ਆਵਾਜ਼ ਹੀ ਨਹੀਂ ਸੁਣਨੀ. But the ones who are not even listening to the voice of the Lord. ਉਹਨਾਂ ਨੇ ਪਰਮੇਸ਼ਵਰ ਨੂੰ acknowledge ਨਹੀਂ ਕੀਤਾ. They are not acknowledging the Lord. ਜਿਹੜੇ ਪਰਮੇਸ਼ਵਰ ਨਾਲ ਨਹੀਂ ਗਏ. The ones who are not with the Lord. ਪਰਮੇਸ਼ਵਰ ਵੀ ਉਹਨਾਂ ਨਾਲ ਨਹੀਂ ਗਿਆ. God is Lord is not with them. Omnipresent ਦੇ ਵਿੱਚ ਨਾਲ ਆ. शब्द नूं आदर मान दिता जांदा है. हालेलुया. पवित्र आत्मा की आवाज आई इस नवी दे उते, नवी आके कहंदा आ, कहंदा आ परमेश्वर थोड़े नाल होवेगा जे तुसी परमेश्वर दे नाल होवोंगे. And the voice of the Lord came to this person and he went and he said, God will be with you if you are with him. अगे देखो वर्स की कहंदा है. Let's see what it says. जेकर तुसी ਉਸ ਨੂੰ ਖੋਜੋਗੇ ਤਾਂ ਉਹ ਤੁਹਾਨੂੰ ਮਿਲੇਗਾ. ਆ ਦੇਖ ਲਓ, ਜੇ ਤੁਸੀਂ ਉਹਨੂੰ ਖੋਜੋਗੇ ਤੇ ਉਹ ਵੀ ਤੁਹਾਨੂੰ ਮਿਲੇਗਾ. And he says whenever you will seek him you will find him. ਪਰਮੇਸ਼ਰ ਨੂੰ ਖੋਜਣਾ ਪਏਗਾ. You will have to seek him. ਕਈ ਜਣੇ ਨੇ ਬਸ ਇਹ ਨਹੀਂ, ਸਾਨੂੰ ਪਰਮੇਸ਼ਰ ਨੂੰ ਖੋਜਣ ਦੀ ਕੀ ਲੋੜ ਹੈ, ਸਾਨੂੰ ਉਸਦਾ ਪਰਮੇਸ਼ਰ ਪਾ ਲਿਆ. And they say, well, why do we have to seek him? We just got him. We have ਪਾ ਲਿਆ, ਸਾਨੂੰ ਖੋਜਣ ਦੀ ਲੋੜ ਨਹੀਂ. ਕਿੰਨੀ ਖੋਜ ਲਿਆ, ਉਸੇ ਨਾਲ ਖੋਜ ਲਿਆ. ਹੁਣ we have looked for him enough, so we don't have to look for him anymore. We got him. Ira matlab sunwa nahi pata ki parmeshwar di gehrai kinni hai. That means you don't know the depth. inni dughaiya prabhu te pehla din raat kat reh jange onu palan de waste, onu khojne de waste, onu thundne de waste. He's so deep that we don't have enough time, enough breath in us to finish finding him.